ਮੈਡਮ ਵਿੱਚ ਬੈਠੇ ਸੀ ਉਹਨਾਂ ਨੇ ਅਤੇ ਕੋਈ ਲੜੀ ਆਇਆ ਬੰਦਾ ਮੋਟਾ ਜਿਹਾ ਸੀ ਹਿੰਦੂ ਜੈਂਡਰ ਮੈਨ ਅਤੇ ਗੱਡੀ ਖੜੀ ਸੀ ਤੁਹਾਡੀ ਚੁੰਨੀ ਬਾਹਰ ਨਿਕਲੀ ਹੋਈ ਹੈ ਉਹ ਚੁੰਨੀ ਚੁੱਕਣ ਵਾਸਤੇ ਕਿਸੇ ਦਲਾਲ ਇੱਥੇ ਪੈਸੇ ਤੁਹਾਡੇ ਸਾਹਮਣੇ ਮੰਗਿਆ ਨਾ ਦੱਸੇ ਤੁਹਾਡੇ ਇੱਥੇ ਪੈਸੇ ਗਿਰੇ ਪਏ ਨੇ ਇਹਨਾਂ ਨੂੰ ਬੁਰਸਕ ਦੂਸਰੇ ਪਾਸੇ ਪਰਸ ਚੁੱਕ ਕੇ ਲੈ ਗਿਆ ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੀ ਚੱਲਦੇ ਹਾਂ ਜਲੰਧਰ ਦੋਸਤੋ ਕਈ ਵਾਰੀ ਆਪਾਂ ਮਤਲਬ ਦਿਲ ਵਿੱਚ ਕੁਛ ਤੱਕਿਆ ਹੁੰਦਾ ਕਰਨ ਲਈ ਲੇਕਿਨ ਹੋ ਕੁਛ ਹੋਰ ਜਾਂਦਾ ਹੈ ਜਲੰਧਰ ਤੋਂ ਜਿਹੜੀ ਖਬਰ ਹੈ ਇੱਕ ਔਰਤ ਜਿਹੜੀ 10 ਰੁਪਏ ਚੱਕਣ ਦੇ ਲਾਲਚ ਵਿੱਚ 80,000 ਰੁਪਈਏ ਜਿਹੜੇ ਉਹਦੇ ਪਰਸ ਵਿੱਚ ਸਨ ਉਹਦੇ ਤੋਂ ਹੱਥ ਧੋ ਬੈਠਦੀ ਹੈ 10 ਰੁਪਏ ਚੱਕਣ ਦੀ ਖਾਤਰ 80,000 ਰੁਪਈਆ ਲੈ ਕੇ ਔ ਗਏ। ਅਸਲ ਵਿੱਚ ਇਹ ਸਾਰਾ ਹੋਇਆ ਕਿੱਥੇ ਇਹ ਜਿਹੜਾ ਘਟਨਾ ਹੈ ਹੋਈ ਕਿੱਥੇ ਹੈ ਔਰ ਕਿੱਥੋਂ ਦੀ ਇਹ ਔਰਤ ਹੈ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਜਲੰਧਰ ਤੋਂ ਨਰਿੰਦਰ ਗੁਪਤਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਅਪਡੇਟ ਲੈਂਦੇ ਹਾਂ ਗੁਪਤਾ ਜੀ ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ ਹਾਂਜੀ ਸੋਤਾ ਜੀ ਜਲੰਧਰ ਦੇ ਦਿਲਕੁਸ਼ਾ ਮਾਰਕੀਟ ਦੇ ਵਿੱਚ ਲੁਧਿਆਣੇ ਤੋਂ ਇੱਕ ਪਰਿਵਾਰ ਪਤੀ ਪਤਨੀ ਆਇਆ ਸੀ ਸਮਾਨ ਖਰੀਦਣ ਵਾਸਤੇ ਔਰ ਪਤੀ ਜਿਹੜਾ ਆਪਣੀ ਪਤਨੀ ਨੂੰ ਗੱਡੀ ਦੇ ਵਿੱਚ ਬਿਠਾ ਕੇ ਦਿਲਕੁਸ਼ਾ ਮਾਰਕੀਟ ਦਾ ਸਮਾਨ ਖਰੀਦਣ ਗਿਆ ਤੇ ਦੋ ਯੁਵਕ ਜਿਹੜੇ ਨੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਉਸ ਔਰਤ ਨੂੰ ਗੱਡੀ ਵਿੱਚ ਇਕੱਲੇ ਬੈਠੇ ਦੇਖਿਆ ਤੇ ਉਸ ਔਰਤ ਨੂੰ ਕਿਹਾ ਕਿ ਤੁਹਾਡੇ 10 ਰੁਪਏ ਗੱਡੀ ਦੇ ਬਾਹਰ ਡਿੱਗੇ ਹੋਏ ਹੈ ਉਸ ਔਰਤ 10 ਰੁਪਏ ਦੇ ਲਾਲਚ ਦੇ ਵਿੱਚ ਆਪਣਾ 80,000 ਰੁਪਏ ਜਿਹੜਾ ਵਾ ਪੈ ਗਿਆ ਉਸ ਔਰਤ ਨੇ ਗੱਡੀ ਖੋਲ੍ਹ ਕੇ ਆਪਣਾ 10 ਰੁਪਏ ਚੱਕਣ ਵਾਸਤੇ ਉਹਦਾ ਜਿਹੜਾ ਪਰਸ ਗੱਡੀ ਦੇ ਵਿੱਚ ਪਿਆ ਸੀ ਉਹ ਜਿਹੜੇ ਦੋਨੋਂ ਨੌਜਵਾਨ ਆਏ ਸੀ ਉਹਦਾ ਚੁੱਕ ਕੇ ਰਫੂ ਚੱਕਰ ਹੋ ਗਏ ਜਿਹਦੇ ਵਿੱਚ 80,000 ਰੁਪਇਆ ਸੀ ਉਸ ਔਰਤ ਨੇ ਆਪਣੇ ਉਸ 80,000 ਦੀ ਪਰਵਾਹ ਨਾ ਕੀਤੀ ਜਿਹੜਾ ਨੀਚੇ 10,000 ਰੁਪਇਆ 10 ਰੁਪਏ ਡਿੱਗੇ ਦੇ ਸੀ ਉਸਨੇ ਚੱਕਣ ਵਾਸਤੇ ਉਸਨੇ ਜਿਹੜਾ ਵਾ ਆਪਣਾ 80,000 ਰੁਪਇਆ ਦਵਾ ਬੈਠੀ ਉਹ ਇਹ ਜਿਹੜੀ ਔਰਤ ਤਾਂ ਲੁਧਿਆਣੇ ਤੋਂ ਆਏ ਦੇ ਸੀ ਇੱਥੇ ਜਿਹੜੀ ਆਪਣਾ ਸਮਾਨ ਖਰੀਦਣ ਵਾਸਤੇ ਆਏ ਦੇ ਸੀ ਔਰ ਉਹ ਦੋਨੋਂ ਔਰਤ ਜਿਹੜਾ ਉਹਦਾ 80,000 ਦਾ ਜਿੱਥੇ ਪਰਸ ਪਿਆ ਸੀ ਉਹ ਉਠਾ ਕੇ ਜਿਹੜੇ ਨੇ ਫਰਾਰ ਹੋ ਗਏ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਿਹੜੀ ਹੈ ਜਾਂਚ ਕੀਤੀ ਹੈ ਜਾਂਚ ਤੋਂ ਬਾਅਦ ਜਿਹੜੀ ਹੈ ਪੁਲਿਸ ਨੇ ਜਿਹੜੀ ਲੇਕਿਨ ਕੋਈ ਬੰਦਾ ਉਹਨਾਂ ਵਿੱਚੋਂ ਜਿਨ੍ਹਾਂ ਨੇ ਪਰਸ ਖੋਇਆ ਚੁੱਕਿਆ ਪਰਸ ਹੈ ਕੋਈ ਬੰਦਾ ਕਾਬੂ ਕੀਤਾ ਕੋਈ ਆਲੇ ਦੁਆਲੇ ਦੀ ਸੀਸੀਟੀਵੀ ਦੀ ਕੋਈ ਫੁਟੇਜ ਸਾਹਮਣੇ ਆਈ ਹੈ ਹਾਲੇ ਤੱਕ ਕੋਈ ਵੀ ਜਿਹੜਾ ਵਾ ਬੰਦਾ ਪੁਲਿਸ ਗ੍ਰਿਫਤ ਚ ਨਹੀਂ ਆਇਆ ਕਿਉਂਕਿ ਪਹਿਲਾ ਮਾਮਲਾ ਨਹੀਂ ਇਸ ਤਰ੍ਹਾਂ ਦੇ ਕਈ ਮਾਮਲੇ ਰੋਜ਼ਾਨਾ ਜਿਹੜੇ ਨੇ ਆਉਂਦੇ ਨੇ ਕਿਸੇ ਦਾ ਪਰਸ ਦਿੱਤਾ ਜਾਂਦਾ ਕਿਸੇ ਚੈਨ ਲੱਥ ਜਾਂਦੀ ਹੈ ਕਿਸੇ ਦੀ ਸਨੈਚਿੰਗ ਹੋ ਰਹੀ ਹੈ ਇਹ ਜਲੰਧਰ ਦੇ ਵਿੱਚ ਡੇਲੀ ਦਾ ਕੰਮ ਹੈਗਾ ਵਾ ਲੇਕਿਨ ਅੱਜ ਤੱਕ ਪੁਲਿਸ ਬਿਲਕੁਲ ਇਹਨਾਂ ਨੂੰ ਫੜਨ ਦੇ ਵਿੱਚ ਨਾਕਾਮ ਜਿਹੜੀ ਹੈ ਜਲੰਧਰ ਦੀ ਪੁਲਿਸ ਨਾਕਾਮ ਸਾਬਤ ਹੋਈ ਹੈ ਕਿਸੇ ਵੀ ਹਾਲੇ ਤੱਕ ਸਨੈਚਰ ਤੋਂ ਕਿਸੇ ਵੀ ਚੋਰ ਤੋਂ ਹਾਲੇ ਤੱਕ ਫੜਿਆ ਨਹੀਂ ਗਿਆ ਜਦਕਿ ਉੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਨੇ ਪੁਲਿਸ ਜਿਹੜੀ ਸੀਸੀਟੀਵੀ ਕੈਮਰੇ ਚੈੱਕ ਤੇ ਕਰ ਲੈਂਦੀ ਹੈ ਪਰ ਚੈੱਕ ਕਰਨ ਤੋਂ ਬਾਅਦ ਪੁਲਿਸ ਜਿਹੜੀ ਹੈ ਕੋਈ ਆਪਣੀ ਕਾਰਵਾਈ ਤੋਂ ਬਿਲਕੁਲ ਨਾਕਾਮ ਸਾਬਤ ਹੋ ਰਹੀ ਹੈ ਲੇਕਿਨ ਗੁਪਤਾ ਜੀ ਇਸ ਸੰਬੰਧ ਵਿੱਚ ਕਦੇ ਕਿਸੇ ਨਾਲ ਗੱਲਬਾਤ ਕੀਤੀ ਹੈ ਇਸ ਸੰਬੰਧ ਵਿੱਚ ਬਿਲਕੁਲ ਜੀ ਸਾਡੀ ਜਿਹੜੇ ਨੇ ਇਹ ACP ਨੌਰਥ ਜਿਹੜੇ ਨੇ ਜਸਵਿੰਦਰ ਸਿੰਘ ਸਿੰਘ ਖਹਿਰਾ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਮਾਮਲਾ ਜਿਹੜਾ ਦਰਜ ਕਰ ਲਿਆ ਵਾ ਮਾਮਲਾ ਦਰਜ ਕਰਕੇ ਅਸੀਂ ਬਿਲਕੁਲ ਇਹਦੀ ਜਿਹੜੀ ਆ ਜਾਂਚ ਕਰ ਰਹੇ ਹਾਂ ਜਾਂਚ ਦੇ ਵਿੱਚ ਕਹਿੰਦੇ ਜਲਦੀ ਜਿਹੜੇ ਨੇ ਅਸੀਂ ਉਹਦੇ ਨਾਲ ਰੋਕਿਆਂ ਨੂੰ ਗ੍ਰਿਫਤਾਰ ਕਰ ਲਵਾਂਗੇ ਔਰ ਕਰਕੇ ਜਿਹੜਾ ਸਵਾਨ ਇਹਨਾਂ ਵਾਪਸ ਕਰਵਾਇਆ ਜਾਏਗਾ ਬਹੁਤ ਬਹੁਤ ਮਿਹਰਬਾਨੀ ਗੁਪਤਾ ਜੀ ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਲੁਟੇਰੇ ਅੱਜ ਕੱਲ੍ਹ ਕਿਸ ਕਦਰ ਚੌਕਸ ਹੋ ਚੁੱਕੇ ਨੇ ਮਤਲਬ ਕਿੰਨੀ ਚਲਾਕੀ ਆ ਚੁੱਕੀ ਹੈ ਕਿ ਇੱਕ ਗੱਡੀ ਦੇ ਵਿੱਚ ਔਰਤ ਬੈਠੀ ਹੈ ਉਸ ਨੂੰ ਮਤਲਬ ਖਿੜਕੀ ਖੜਕਾਉਂਦੇ ਆ ਗੱਡੀ ਦੀ ਤਾਕੀ ਖੜਕਾਉਂਦੇ ਆ ਔਰ ਕਹਿੰਦੇ ਆ ਕਿ 10 ਰੁਪਏ ਤੁਹਾਡੇ ਨੀਚੇ ਗਿਰੇ ਨੇ ਲੇਕਿਨ ਅਸੀਂ ਲੋਕ ਕਿੰਨੇ ਲਾਲਚੀ ਹਾਂ ਕਿ 10 ਦੇ ਚੱਕਰ ਦੇ ਵਿੱਚ 10 ਰੁਪਏ ਚੱਕਣ ਦੇ ਚੱਕਰ ਵਿੱਚ ਆਪਾਂ ਲੋਕ 80,000 ਨੂੰ ਥੰਦਾ ਲਗਵਾ ਲੈਂਦੇ ਹਾਂ ਇਸ ਸੰਬੰਧ ਵਿੱਚ ਜੋ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ ਹਾਂਜੀ ਕੀ ਨਾਮ ਸਰ ਤੁਹਾਡਾ ਜੀ ਗੁਰਪ੍ਰੀਤ ਕਿੱਥੋਂ ਆਏ ਸਰ ਲੁਧਿਆਣੇ ਦੇ ਰਹਿਣ ਵਾਲੇ ਕੀ ਗੱਲ ਹੋਈ ਸਰ ਇੱਥੇ ਗੱਡੀ ਕਿਹੜੀ ਕੀਤੀ ਆ ਗਿਆ ਗੱਡੀ ਕਿਹੜੇ ਕਰਕੇ ਦਿਲ ਕੁਛ ਮਾਰਕੀਟ ਕੰਮ ਗਿਆ ਸੀ ਮੈਡਮ ਵਿੱਚ ਬੈਠੇ ਸੀ ਉਹਨਾਂ ਨੇ ਕਿ ਕੋਈ ਲੜੀ ਆਇਆ ਬੰਦਾ ਮੋਟਾ ਜਿਹਾ ਸੀ ਹਿੰਦੂ ਜੈਂਡਰ ਮੈਨ ਅਤੇ ਗੱਡੀ ਖੜੀ ਸੀ ਤੁਹਾਡੀ ਚੁੰਨੀ ਬਾਹਰ ਨਿਕਲੀ ਹੋਈ ਹੈ ਉਹ ਚੁੰਨੀ ਚੁੱਕਣ ਵਾਸਤੇ ਕਿਸੇ ਦਲਾਲ ਇੱਥੇ ਪੈਸੇ ਤੁਹਾਡੇ ਸਾਹਮਣੇ ਮੰਗਿਆ ਨਾ ਦੱਸ ਤੁਹਾਡੇ ਇੱਥੇ ਪੈਸੇ ਗਿਰੇ ਪਏ ਨੇ ਇਹਨਾਂ ਨੂੰ ਬੁਰਸਕ ਦੂਸਰੇ ਪਾਸੇ ਪਰਸ ਚੁੱਕ ਕੇ ਲੈ ਗਿਆ ਸਰ ਤੁਸੀਂ ਕਿੱਥੋਂ ਆਏ ਸੀ ਜੀ ਲੁਧਿਆਣੇ ਅਸੀਂ ਬਾੜਾ ਗੇਟ ਤੋਂ ਆਏ ਹਾਂ ਲੁਧਿਆਣੇ ਤੋਂ ਆਏ ਹਾਂ ਜਲੰਧਰ ਕੀ ਕੰਮ ਆਏ ਸੀ ਸਰ ਜਲੰਧਰ ਅਸੀਂ ਸਿਸਟਰ ਮੇਰੀ ਰਹਿੰਦੀ ਅਸੀਂ ਉਹਨਾਂ ਨੂੰ ਮਿਲਣ ਆਏ ਸਰ ਕਿੰਨੇ ਪੈਸੇ ਐਸਟੀਮੇਟ ਹੈਗਾ 65 ਅਪਰੋਕਸੀਮੇਟ 70,000 ਰੁਪਇਆ ਉਹਦੇ ਵਿੱਚ ਸਰ ਕੋਈ ਆਈ ਡੀ ਪਰੂਫ ਵਗੈਰਾ ਅੱਜ ਹੇਰਾ ਫੇਰੀ ਨਾਲ ਚੋਰੀ ਹੋਈ ਆ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦੇ ਨਾਲ ਜਲੰਧਰ ਆਏ ਸੀ ਲੁਧਿਆਣੇ ਰਹਿਣ ਵਾਲੇ ਮਾਲ ਟਾਊਨ ਦੇ ਉਹ ਆਪਣੇ ਪਰਿਵਾਰ ਰਿਸ਼ਤੇਦਾਰਾਂ ਨੂੰ ਮਿਲ ਕੇ ਇੱਧਰ ਜਾ ਰਹੇ ਸੀ ਇੱਥੇ ਸ਼ਰਾ ਦੇ ਉੱਪਰ ਉਹਨਾਂ ਨੇ ਗੱਡੀ ਖੜੀ ਕੀਤੀ ਆ ਅਤੇ ਆਪਣੇ ਕਾਰੋਬਾਰ ਸੰਬੰਧ 'ਚ ਉੱਧਰ ਗਏ ਸੀ ਉਹਨਾਂ ਦੇ ਵਾਈਫ ਜਿਹੜੇ ਆ ਗੱਡੀ 'ਚ ਬੈਠੇ ਸੀ ਅਚਾਨਕ ਕਿਸੇ ਨੇ ਆ ਕੇ ਕਿਹਾ ਵੀ ਤੁਹਾਡੇ ਪੈਸੇ ਡਿੱਗੇ ਪਏ ਨੇ ਬਾਹਰ ਉਹ ਲੇਡੀ ਨੇ ਉੱਤਰ ਕੇ ਖਿੜਕੀ ਦੇਖਣ ਲੱਗੇ
ਦੂਜੀ ਸਾਈਡ ਤੋਂ ਨਾਲ ਦਾ ਸਾਥੀ ਜਿਹੜਾ ਸੀਗਾ ਉਹਦੀ ਉਮਰ 24-25 ਸਾਲ ਦੱਸ ਦਿਆ, ਉਹ ਤਾਂ ਪਰਸ ਚੱਕ ਕੇ ਭੱਜ ਗਿਆ, ਜਿਹਦੇ 'ਚ ਕੁਛ ਕੈਸ਼ ਅਤੇ ਹੋਰ ਜ਼ਰੂਰੀ ਸਮਾਨ ਸੀ। ਸਰ ਕਿੰਨੇ ਬੰਦੇ ਸੀ ਪਤਾ ਲੱਗਾ? ਦੋ ਬੰਦਿਆਂ ਬਾਰੇ ਪਤਾ ਲੱਗਾ, ਮੋਨੇ ਹੈਗੇ ਆ, ਇੱਕ ਹੈਗਾ 20-22 ਸਾਲ ਦਾ, 24-25 ਸਾਲ। ਠੀਕ ਹੈ ਜੀ, ਕਿੱਥੇ ਕਰਕੇ ਹੋਈ ਸਰ ਵਾਰਦਾਤ? ਇਹ ਵਾਰਦਾਤ ਆਪਣਾ ਪਾਵਾ ਰਿਫਰੈਸ਼ਮੈਂਟ ਜਿਹੜੀ ਹੈਗੀ ਆ ਪੀ ਐਨ ਬੀ ਚੌਂਕ ਦੇ ਕੋਲ ਉੱਥੇ ਹੋਈ। ਪਤਾ ਲੱਗਿਆ ਸਰ ਕਿੰਨਾ ਕੈਸ਼ ਸੀਗਾ ਪਰਸ ਦੇ ਵਿੱਚ? ਕਰੀਬ 60-70 ਹਜ਼ਾਰ ਰੁਪਇਆ ਉਹਨਾਂ ਨੇ ਦੱਸਿਆ ਵੀ ਉਹਦੇ ਕੈਸ਼ ਸੀਗਾ, ਬਾਕੀ ਹੋਰ ਜ਼ਰੂਰੀ ਡਾਕੂਮੈਂਟ ਸੀ ਉਹਨਾਂ। ਇੱਥੇ ਕੀ ਕਰਨਾ ਸੀ ਸਰ ਜਲੰਧਰ? ਉਹ ਇਹਨਾਂ ਰਿਸ਼ਤੇਦਾਰੀ ਹੈਗੀ ਆ ਸ਼ਹਿਰ ਦੇ ਵਿੱਚ, ਰਿਸ਼ਤੇਦਾਰ ਨੂੰ ਮਿਲ ਕੇ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਦਾ ਦਵਾਈਆਂ ਦਾ ਕੰਮ ਕਰ ਲਿਆ, ਕੰਮ ਕਰ ਦੇ ਸੋਚਣੇ ਇੱਧਰ ਦੁਕਾਨਾਂ ਦੇ ਗਏ ਸੀ, ਪਿੱਛੇ ਉਹਨਾਂ ਨੇ ਵਾਈਫ ਗੱਡੀ ਦੇ ਦਿੱਤੀ। ਠੀਕ ਹੈ ਸਰ। ਸੋ ਇਸੀ ਹੁਣ ਤੱਕ ਦੀ ਅਪਡੇਟ, ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।